ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਅਤੇ ਫੇਸਬੁੱਕ ਪੇਜ 'ਤੇ ਸਵਾਗਤ ਹੈ ਜੀ। ਅੱਜ ਆ ਵੀਡੀਓ ਲੈ ਗਏ ਹਾਂ ਅੰਮ੍ਰਿਤਸਰ ਸ਼ਾਹੀ ਪੱਗ, ਜਿਹਦੀ ਲੈਂਥ ਹੈਗੀ ਆ 5.5 ਮੀਟਰ, ਅਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ, ਜਿਹੜਾ ਕਿ ਆਪਾਂ ਨੇ ਪਹਿਲਾਂ ਲੜ ਲਗਾਉਣਾ। ਲੜ ਨੂੰ ਸਿਰ ਦੇ ਸੈਂਟਰ 'ਚੋਂ ਲਿਆ ਕੇ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ, ਅਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ, ਇੱਕ ਵਾਰ ਇਸ ਲੜ ਨੂੰ ਮੋੜ ਕੇ ਜਿਹੜਾ ਮੋਟਾ ਹਲਕਾ ਮੋਟਾ ਕਰਕੇ ਬੈਕ ਤੱਕ ਜਿਹੜਾ ਆਪਾਂ ਨੇ ਇਸ ਲੜ ਨੂੰ ਸਾਫ਼ ਕਰਕੇ ਜਿਹੜਾ ਲਗਾ ਦੇਣਾ। ਅਤੇ ਜਿਹੜਾ ਕਿ ਆਪਾਂ ਨੇ ਗਾ ਲੜ ਲਗਾਉਣਾ, ਲੜ ਨੂੰ ਬੈਕ ਤੋਂ ਪੰਚ ਕਰਕੇ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ, ਇੱਕ ਵਾਰ ਜਿਹੜਾ ਤੋਂ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਫੋਲਡ ਕਰਕੇ ਜਿਹੜਾ ਉਤਰਾ ਪੇਜ ਬਣਾ ਕੇ, ਇੱਕ ਵਾਰ ਥੱਲੇ ਲੜ ਨੂੰ ਜਿਹੜਾ ਪਹਿਲਾਂ ਫੋਲਡ ਕਰਕੇ ਜਿੱਥੋਂ ਆਪਾਂ ਨੇ ਥੱਲੜ ਦਾ ਲੜ ਫੋਲਡ ਕੀਤੇ ਥੋੜ੍ਹਾ ਫਰਕ ਰੱਖ ਕੇ ਉੱਤੋਂ ਵੀ ਉਸ ਲੜ ਨੂੰ ਜਿਹੜਾ ਫੋਲਡ ਕਰਕੇ, ਫਿਰ ਉਹਨਾਂ ਦੋਨਾਂ ਲੜਾਂ ਨੂੰ ਇਕੱਠਾ ਕਰਕੇ ਹਲਕਾ ਜਿਹਾ ਉਸ ਲੜ ਨੂੰ ਜਿਹੜਾ ਆਪਾਂ ਨੇ ਫੋਲਡ ਕਰ ਦੇਣਾ। ਉਸ ਲੜ ਨੂੰ ਆਪਾਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਉਸ ਦੋਨਾਂ ਲੜਾਂ ਦੇ ਵਿੱਚ ਅੰਗੂਠਾ ਜਾਂ ਫਿਰ ਉਂਗਲੀ ਪਾ ਕੇ ਹਲਕਾ ਜਿਹੜਾ ਥੜਲਾ ਲੜੂਗਾ ਉਸਨੂੰ ਥੱਲੇ ਨੂੰ ਹਲਕਾ ਜਿਹਾ ਖਿੱਚ ਕੇ ਥੋੜ੍ਹਾ ਉਹਨਾਂ ਵਿੱਚ ਜਿਹੜਾ ਫਾਸਲਾ ਰੱਖ ਕੇ ਬਾਅਦ ਵਿੱਚ ਉਹਦਾ ਜਿਹੜਾ ਫਾਸਲਾ ਉਹ ਆਪਾਂ ਨੇ ਬਾਤ ਦੀ ਮਦਦ ਨਾਲ ਜਿਹੜਾ ਵਧਾ ਦੇਣਾ। ਆਪਾਂ ਨੇ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਇਸ ਲੜ ਦੇ ਵਿੱਚ ਜਿਹੜਾ ਬਾਜਾ ਫੇਰਨਾ। ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਲੜ ਲਗਾਇਆ ਸੀ ਦੂਸਰਾ ਲੜ ਲਗਾਉਂਦੇ ਹਾਂ ਉਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਬਾਜ ਫੇਰ ਕੇ ਉਹਦਾ ਜਿਹੜਾ ਫਾਸਲਾ ਉਹ ਆਪਾਂ ਨੇ ਜਿਹੜਾ ਸੈੱਟ ਰੱਖਣਾ, ਉਹਨਾਂ ਦਾ ਜਿਹੜਾ ਲੜਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ, ਕਿਸੇ ਲੜ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਵੱਧ ਘੱਟ ਨਹੀਂ ਰੱਖਣਾ। ਬੈਕ ਤੱਕ ਆਪਾਂ ਨੇ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਦੂਜੇ ਜਿਹੜਾ ਆਪਾਂ ਨੇ ਲਗਾ ਦੇਣਾ। ਅਤੇ ਜਿਹੜਾ ਕਿ ਆਪਾਂ ਨੇ ਗਾ ਲੜ ਲਗਾਉਣਾ, ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਆਪਾਂ ਨੇ ਤੀਸਰਾ ਲੜਾ ਉਹ ਲਗਾਉਣਾ, ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ, ਲੜ ਨੂੰ ਇੱਕ ਗਰ ਬੈਕ ਤੋਂ ਜਿਹੜਾ ਆਪਾਂ ਨੇ ਪਿੰਚ ਕਰਕੇ ਇਸ ਲੜ ਨੂੰ ਵੀ ਜਿੱਥੋਂ ਆਪਾਂ ਨੇ ਦੂਸਰਾ ਲੜ ਫੋਲਡ ਕੀਤਾ ਉੱਥੋਂ ਹੀ ਇਸ ਲੜ ਨੂੰ ਇੱਕ ਗਰ ਫੋਲਡ ਕਰਕੇ, ਇੱਕ ਗਰ ਉੱਤੋਂ ਜਿਹੜਾ ਆਪਾਂ ਨੇ ਇਸ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਹਲਕਾ ਖਿੱਚ ਕੇ ਇਸ ਲੜ ਨੂੰ ਵੀ ਹਲਕਾ ਜਿਹੜਾ ਆਪਾਂ ਚੱਕ ਕੇ ਉੱਥੋਂ ਹੀ ਇਸ ਥੋੜ੍ਹਾ ਉੱਥੋਂ ਹੀ ਚੱਕ ਕੇ ਜਿੱਥੋਂ ਆਪਾਂ ਨੇ ਦੂਸਰਾ ਲੜ ਚੱਕਿਆ ਸੀ ਉੱਥੋਂ ਹੀ ਇਸ ਲੜ ਨੂੰ ਵੀ ਹਲਕਾ ਚੱਕ ਕੇ ਆਪਾਂ ਇਸ ਦਾ ਡਬਲ ਪੇਜ ਉਹ ਬਣਾ ਲੈਣਾ। ਡਬਲ ਪੇਜ ਬਣਾਉਣ ਤੋਂ ਬਾਅਦ ਇਸ ਲੜ ਨੂੰ ਵੀ ਜਿਹੜਾ ਗਰ ਫੋਲਡ ਕਰਕੇ ਇਸ ਲੜ ਦੇ ਵਿੱਚ ਉਹ ਜਿਹੜਾ ਬੈਕ ਤੱਕ ਆਪਾਂ ਨੇ ਇਸ ਲੜ ਜਿਹੜਾ ਆਪਾਂ ਸਾਫ਼ ਕਰ ਲੈਣਾ। ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਬੈਕ ਤੱਕ ਸਾਫ਼ ਕਰਕੇ ਜਿਹੜਾ ਇਸ ਲੜ ਦੇ ਵਿੱਚ ਉਹਨੂੰ ਬਾਅਦ ਫੇਰ ਲੈਣਾ। ਜਿਹੜਾ ਆਪਣਾ ਉਸ ਲੜ ਦੇ ਵਿੱਚ ਜਿਹੜਾ ਆਪਾਂ ਜਿਹੜਾ ਥੜਾ ਦੇ ਲੜ ਦੇ ਵਿੱਚ ਜਿਹੜਾ ਆਪਾਂ ਚੰਗੀ ਤਰ੍ਹਾਂ ਬਾਜ ਫੇਰ ਕੇ ਉਸ ਲੜ ਦੀ ਜਿਹੜੀ ਸਫਾਈ ਉਹ ਆਪਾਂ ਨੇ ਕਰ ਲੈਣੀ। ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਬੈਕ ਤੱਕ ਪ੍ਰੋਪਰ ਜਿਹੜਾ ਬਾਜ ਫੇਰ ਕੇ ਆਪਾਂ ਨੇ ਜਿਹੜਾ ਲੜ ਦੀ ਸਫਾਈ ਕਰ ਲੈਣੀ, ਅਤੇ ਜਿਹੜੀ ਨੋਕ ਹੋਊਗੀ ਉਹ ਵੀ ਜਿਹੜੀ ਆਪਾਂ ਨੇ ਸੈੱਟ ਰੱਖਣੀ ਆ। ਚੰਗੀ ਤਰ੍ਹਾਂ ਆਪਾਂ ਨੇ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਜਿਹੜਾ ਇਸ ਲੜ ਨੂੰ ਲਗਾਉਣਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਬੈਕ ਤੱਕ ਸਾਫ਼ ਕਰਕੇ ਜਿਹੜਾ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ, ਜਿਹੜੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਆ ਕਰ ਲੈਣੀ। ਹੁਣ ਆਪਾਂ ਨੇ ਬਾਜ ਫੇਰ ਕੇ ਸਾਰੇ ਲੜਾਂ ਦੀ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ, ਅਤੇ ਉਤਲੇ ਪੇਚਾਂ ਦੀ ਜਿਹੜੀ ਮਿਠਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ, ਅਤੇ ਜਿਹੜਾ ਪੇਚਾਂ ਦਾ ਫਾਸਲਾ ਉਤਲਿਆਂ ਦਾ ਉਹ ਵੀ ਜਿਹੜਾ ਆਪਾਂ ਨੇ ਸੇਮ ਰੱਖਣਾ। ਚੰਗੀ ਤਰ੍ਹਾਂ ਹੁਣ ਆਪਾਂ ਨੇ ਜਿਹੜਾ ਬਾਜ ਫੇਰ ਕੇ ਸਲੜ ਦੀ ਸਫਾਈ ਆਪਾਂ ਨੇ ਕਰ ਲੈਣੀ, ਅਤੇ ਜਿਹੜੀ ਨੋਕ ਆ ਗਈ ਉਹ ਵੀ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲੈਣੀ। ਅਤੇ ਜਿਹੜਾ ਕਿ ਆਪਾਂ ਨੇ ਗਾ ਲੜ ਲਗਾਉਣਾ,
ਅਗਲਾ ਲੜ ਜਿਹੜਾ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਲੜ ਨੂੰ ਬੈਗ ਤੋਂ ਪਿੰਚ ਕਰਕੇ ਲੜ ਨੂੰ ਗਰ ਖਿੱਚ ਕੇ ਗਰ ਉੱਤੇ ਜਿਹੜਾ ਆਪਾਂ ਨੇ ਸਲੜ ਨੂੰ ਫੋਲਡ ਕਰ ਲੈਣਾ। ਉੱਤੋਂ ਫੋਲਡ ਕਰਨ ਤੋਂ ਬਾਅਦ ਹਲਕਾ ਜਿਹੜਾ ਸਲੜ ਨੂੰ ਆਪਾਂ ਨੇ ਚੰਗੀ ਤਰ੍ਹਾਂ ਖੋਲ੍ਹ ਕੇ ਇਸ ਲੜ ਨੂੰ ਵੀ ਗਰ ਜਿਹੜਾ ਆਪਾਂ ਨੇ ਪਹਿਲਾਂ ਫੋਲਡ ਕਰਕੇ ਫਿਰ ਤੋਂ ਜਿਹੜਾ ਗਰ ਇਸ ਲੜ ਨੂੰ ਉੱਤੋਂ ਫੋਲਡ ਕਰਕੇ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਮਤਲਬ ਉੱਤੋਂ ਜਿਹੜਾ ਹਲਕਾ ਚੱਕ ਕੇ ਸਲੜ ਦਾ ਵੀ ਜਿਹੜਾ ਡਬਲ ਪੇਚ ਉਹ ਬਣਾ ਲੈਣਾ। ਡਬਲ ਪੇਚ ਬਣਾਉਣ ਤੋਂ ਬਾਅਦ ਆਪਾਂ ਨੇ ਇਸ ਲੜ ਦਾ ਵੀ ਜਿਹੜਾ ਹਲਕਾ ਇਸ ਲੜ ਨੂੰ ਆਪਾਂ ਨੇ ਜਿਹੜਾ ਫੋਲਡ ਕਰ ਦੇਣਾ। ਆਪਾਂ ਨੋਕ ਦੇ ਕੋਲ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਫੋਲਡ ਕਰਕੇ ਥੱਲੇ ਦੇ ਲੜ ਨੂੰ ਖਿੱਚ ਕੇ ਉਤਲੇ ਲੜ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਖਿੱਚ ਲੈਣਾ। ਚੰਗੀ ਤਰ੍ਹਾਂ ਆਪਾਂ ਨੇ ਉੱਤੋਂ ਵੀ ਜਿਹੜੀ ਸ਼ੇਪ ਉੱਤੋਂ ਵੀ ਜਿਹੜੇ ਪੇਜ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਸੈੱਟ ਨੇ ਉਹ ਕਰ ਲੈਣੇ ਹਨ। ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਈ ਫੇਰ ਕੇ ਇਸ ਲੜ ਦੀ ਸਫਾਈ ਆਪਾਂ ਨੇ ਕਰ ਲੈਣੀ। ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਦੇ ਵਿੱਚ ਵੀ ਜਿਹੜਾ ਬਾਜ ਫੇਰ ਕੇ ਬੈਗ ਤੱਕ ਇਸ ਲੜ ਨੂੰ ਜਿਹੜਾ ਆਪਾਂ ਨੇ ਸਾਫ ਕਰ ਲੈਣਾ। ਜਿਹੜੇ ਵੀਰਾਂ ਨੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਨ। ਆਪਾਂ ਨੇ ਚੰਗੀ ਤਰ੍ਹਾਂ ਜਿਹੜੇ ਲੜ ਦੇ ਵਿੱਚ ਬੈਗ ਤੱਕ ਜਿਹੜਾ ਆਪਾਂ ਨੇ ਪ੍ਰੋਪਰ ਜਿਹੜਾ ਬਾਜ ਆ ਫੇਰ ਲੈਣਾ ਅਤੇ ਨੋਕ ਵੀ ਜਿਹੜੀ ਉਹ ਵੀ ਜਿਹੜੀ ਆਪਾਂ ਨੇ ਸੈੱਟ ਆਊਟ ਕਰ ਲੈਣੀ। ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਲੜ ਦੀ ਸਫਾਈ ਆ ਸਾਰੇ ਲੜਾਂ ਦੀ ਕਰ ਲੈਣੀ। ਜਿਹੜੀ ਆਪਾਂ ਸ਼ੇਪ ਉਹ ਵੀ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਜਿਹੜੀ ਸੈੱਟ ਆ ਉਹ ਕਰਕੇ ਉਤਲੇ ਵਿੱਚ ਜਿਹੜਾ ਫਾਸਲਾ ਉਹ ਵੀ ਜਿਹੜਾ ਆਪਾਂ ਨੇ ਸੈੱਟ ਕਰਨਾ। ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਆਪਾਂ ਜਿਹੜਾ ਲੜ ਸੀਗਾ ਉਸ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਜ ਫੇਰ ਕੇ ਉਸ ਲੜ ਨੂੰ ਜਿਹੜਾ ਹਲਕਾ ਮੋਟਾ ਪਤਲਾ ਜਿਹੜਾ ਕਰ ਲੈਣਾ। ਪੰਜਵੇਂ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਜ ਫੇਰ ਕੇ ਉਸ ਲੜ ਨੂੰ ਹਲਕਾ ਜਿਹਾ ਪਤਲਾ ਜਿਹੜਾ ਕਰ ਲੈਣਾ। ਚੰਗੀ ਤਰ੍ਹਾਂ ਉਸ ਲੜ ਨੂੰ ਜਿਹੜਾ ਆਪਾਂ ਨੇ ਪਤਲਾ ਕਰ ਲੈਣਾ। ਜਿੰਨਾ ਲੜਾਂ ਦਾ ਜਿੰਨੇ ਲੜਾਂ ਪਹਿਲਾਂ ਵਾਲੇ ਲੜਾਂ ਦੀ ਜਿਹੜੀ ਮੋਟਾਈ ਆ ਉਹਨੂੰ ਇਸ ਲੜ ਦੀ ਜਿਹੜੀ ਆਪਾਂ ਨੇ ਮੋਟਾਈ ਉਹ ਕਰ ਰੱਖਣੀ ਆ। ਅਤੇ ਨੋਕ ਦੇ ਕੋਲ ਵੀ ਜਿਹੜੇ ਲੜਨੇ ਉਹ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਆ ਜਿਹੜੀ ਕਰਕੇ ਨੋਕ ਵੀ ਜਿਹੜੇ ਆਪਾਂ ਨੇ ਸੈੱਟ ਉਹ ਕਰ ਲੈਣੀ। ਚੰਗੀ ਤਰ੍ਹਾਂ ਆਪਾਂ ਨੇ ਜਿਹੜੀ ਬੈਗ ਚੱਕ ਪ੍ਰੋਪਰ ਜਿਹੜੀ ਲੜਾਂ ਦੀ ਸਫਾਈ ਉਹ ਆਪਾਂ ਨੇ ਕਰਨੀ। ਬੈਗ ਤੱਕ ਆਪਾਂ ਨੇ ਪ੍ਰੋਪਰ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਦੀ ਸਫਾਈ ਕਰਕੇ ਅਤੇ ਜਿਹੜੇ ਉਤਲੇ ਪੇਜ ਹੋਣਗੇ ਉਹਨਾਂ ਨੂੰ ਵੀ ਜਿਹੜਾ ਆਪਾਂ ਨੇ ਸਾਫ਼ ਕਰਨਾ। ਹਲਕਾ ਜਿਹੜਾ ਆਪਣਾ ਪਹਿਲਾ ਲੜਾ ਉਸਨੂੰ ਵੀ ਜਿਹੜਾ ਅੱਖ ਤੋਂ ਹਲਕਾ ਚੱਕ ਲੈਣਾ ਬਾਦ ਦੀ ਮਦਦ ਨਾਲ। ਬਾਦ ਦੇ ਨਾਲ ਆਪਾਂ ਨੇ ਹਲਕਾ ਜਿਹੜਾ ਲੜ ਚੱਕ ਕੇ ਆਪਾਂ ਨੇ ਫਿਰ ਤੋਂ ਜਿਹੜਾ ਗਰਬਾਜ ਦੀ ਜਿਹੜੇ ਬਾਦ ਦੇ ਨਾਲ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਜ ਫੇਰ ਕੇ ਉਹਨਾਂ ਦੀ ਜਿਹੜੀ ਸਫਾਈ ਉਹ ਆਪਾਂ ਨੇ ਕਰ ਲੈਣੀ। ਉਤਲੇ ਪੇਜ ਨੇ ਉਹ ਵੀ ਜਿਹੜੇ ਆਪਾਂ ਨੇ ਹੁਣ ਸੈੱਟ ਨੇ ਉਹ ਕਰ ਲੈਣੇ ਹਨ।
ਜਿਹੜਾ ਕਿ ਆਪਾਂ ਨੇ ਗਲਾ ਲੜ ਲਗਾਉਣਾ। ਅਗਲੇ ਲੜਦਾ ਵੀ ਜਿਹੜਾ ਪੂਣੇ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ ਅਤੇ ਛਲੜ ਨੂੰ ਆਪਾਂ ਨੇ ਜਿਹੜਾ ਬੈਕ ਤੋਂ ਪਿੰਚ ਕਰਕੇ ਅਤੇ ਛਲੜ ਦਾ ਜਿਹੜਾ ਅੰਦਰਲਾ ਪਲਾਊ ਹਲਕਾ ਆ ਥੱਲੇ ਨੂੰ ਖਿੱਚ ਕੇ, ਇੱਕ ਗਰ ਆਪਾਂ ਨੇ ਛਲੜ ਨੂੰ ਥੱਲੇ ਨੂੰ ਖਿੱਚ ਕੇ ਉੱਤੋਂ ਵੀ ਜਿਹੜਾ ਆਪਾਂ ਨੇ ਛਲੜ ਨੂੰ ਫੋਲਡ ਕਰ ਲੈਣਾ। ਉੱਤੋਂ ਫੋਲਡ ਕਰਨ ਤੋਂ ਬਾਅਦ ਛਲੜ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ। ਪ੍ਰੋਪਰ ਜਿਹੜਾ ਆਪਾਂ ਨੇ ਸਾਰੇ ਇਸ ਲੜ ਨੂੰ ਜਿਹੜਾ ਆਪਣੇ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਲਗਾਉਣਾ। ਆਪਾਂ ਨੇ ਇਸ ਲੜ ਨੂੰ ਜਿਹੜਾ ਸਿੰਗਲ ਲਗਾਉਣਾ। ਚੰਗੀ ਤਰ੍ਹਾਂ ਆਪਾਂ ਨੇ ਉਤਲਾ ਪੇਚਦਾਰ ਬਣਾ ਕੇ ਇਸਨੂੰ ਵੀ ਜਿਹੜਾ ਨੱਕ ਦੀ ਛੇਦ ਦੇ ਵਿੱਚ ਰੱਖ ਕੇ ਆਪਾਂ ਨੇ ਇੱਗਰ ਫੋਲਡ ਕਰਕੇ ਇੱਗਰ ਹਲਕਾ ਜਿਹਾ ਸਲਾਡ ਨੂੰ ਜਿਹੜਾ ਖੋਲ੍ਹ ਕੇ ਇੱਗਰ ਥੱਲੇ ਨੂੰ ਖਿੱਚਣ ਤੋਂ ਬਾਅਦ ਆਪਾਂ ਨੇ ਇੱਗਰ ਫਿਰ ਤੋਂ ਜਿਹੜਾ ਸਲਾਡ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਆਪਾਂ ਨੇ ਸਲਾਡ ਜਿਹੜਾ ਸੈੱਟ ਆ ਕਰ ਲੈਣਾ। ਉਤਲਾ ਪੇਚਾ ਉਹ ਵੀ ਜਿਹੜਾ ਆਪਾਂ ਨੇ ਸੈੱਟ ਕਰਕੇ ਸਲਾਡ ਨੂੰ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਸਾਫ ਕਰਕੇ ਜਿਹੜਾ ਆਪਾਂ ਨੇ ਲਗਾਉਣਾ। ਸਲਾਡ ਨੂੰ ਆਪਾਂ ਨੇ ਜਿਹੜਾ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸਾਫ ਆਪਾਂ ਨੇ ਕਰ ਲੈਣਾ। ਬੈਗ ਤੱਕ ਸਾਫ ਕਰਕੇ ਜਿਹੜਾ ਆਪਾਂ ਨੇ ਸਲਾਡ ਨੂੰ ਲਗਾ ਦੇਣਾ ਅਤੇ ਹੁਣ ਜਿਹੜੀ ਸ਼ੇਪ ਹੋਊਗੀ ਉਹ ਵੀ ਜਿਹੜੀ ਆਪਾਂ ਨੇ ਸੈੱਟ ਕਰ ਲੈਣੀ ਅਤੇ ਜਿਹੜੇ ਨੋਕ ਦੇ ਕੋਲ ਲੜ ਆਪਣੇ ਸੈੱਟ ਲਏ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਬਾਜ ਦੇ ਨਾਲ ਜਿਹੜੇ ਟਾਇਟ ਨੇ ਉਹ ਕਰ ਲੈਣੇ ਹਨ ਅਤੇ ਸਾਰੇ ਲੜਾਂ ਦੇ ਵਿੱਚੋਂ ਬਾਜ ਫੇਰ ਕੇ ਪ੍ਰੋਪਰ ਜਿਹੜੀ ਸਫਾਈ ਆਪਾਂ ਨੇ ਕਰ ਲੈਣੀ। ਚੰਗੀ ਤਰ੍ਹਾਂ ਆਪਾਂ ਨੇ ਨੋਕ ਦੇ ਕੋਲੋਂ ਬਾਜ ਫੇਰ ਕੇ ਸਾਰੇ ਲੜਨੇ ਜਿਹੜੇ ਟਾਇਟ ਨੇ ਉਹ ਕਰ ਲੈਣੇ ਹਨ। ਪੰਜਵੇਂ ਲੜ ਜਿਹੜਾ ਪੰਜਵਾਂ ਲੜ ਲਗਾਇਆ ਸੀ ਆਪਾਂ ਨੇ ਉਸਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਜ ਆ ਫੇਰ ਲੈਣਾ। ਚੰਗੀ ਤਰ੍ਹਾਂ ਸਾਰੇ ਲੜਾਂ ਦੀ ਜਿਹੜੀ ਸਾਫ ਸਫਾਈ ਆ ਉਹ ਆਪਾਂ ਨੇ ਕਰ ਲੈਣੀ। ਬੈਗ ਤੱਕ ਆਪਾਂ ਨੇ ਸਾਰੇ ਲੜਾਂ ਦੀ ਜਿਹੜੀ ਚੰਗੀ ਤਰ੍ਹਾਂ ਜਿਹੜੀ ਆਪਾਂ ਨੇ ਸਫਾਈ ਉਹ ਕਰਨੀ। ਚੰਗੀ ਤਰ੍ਹਾਂ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਨੇ ਸੈੱਟ ਆ ਕਰ ਲੈਣੀ। ਆਪਾਂ ਨੇ ਜਿਹੜੀ ਪ੍ਰੋਪਰ ਜਿਹੜੀ ਸ਼ੇਪ ਉਹ ਜਿਹੜੇ ਆਪਾਂ ਨੇ ਬੈਕ ਤੱਕ ਚੰਗੀ ਤਰ੍ਹਾਂ ਜਿਹੜੀ ਸ਼ੇਪ ਆ ਗਈ ਉਹ ਜਿਹੜੀ ਸੈੱਟ ਕਰਕੇ ਜਿਹੜਾ ਅਖਰੀ ਲੜੂਗਾ ਆਪਣਾ ਉਹ ਵੀ ਜਿਹੜਾ ਆਪਾਂ ਨੇ ਸੈੱਟ ਆ ਕਰ ਲੈਣਾ। ਅਤੇ ਜਿਹੜਾ ਕਿ ਆਪਾਂ ਨੇ ਆਖਰੀ ਲੜ ਲਗਾਉਣਾ ਉਸਦੀ ਜਿਹੜੀ ਪੂਣੀ ਹੋਊਗੀ ਉਸਨੂੰ ਖੋਲ੍ਹ ਕੇ ਅਤੇ ਇੱਕ ਪੱਲਾ ਉੱਤੇ ਚੱਕ ਕੇ ਅਤੇ ਇੱਕ ਪੱਲਾ ਥੱਲੇ ਰੱਖ ਕੇ ਹਲਕਾ ਜਿਹਾ ਸਲਾਡ ਨੂੰ ਖਿੱਚ ਕੇ ਅਤੇ ਗਰ ਫਿਰ ਤੋਂ ਜਿਹੜਾ ਆਪਾਂ ਨੇ ਹਲਕਾ ਜਿਹਾ ਸਲਾਡ ਨੂੰ ਉੱਤੇ ਚੱਕ ਦੇਣਾ। ਉੱਤੇ ਚੱਕਣ ਤੋਂ ਬਾਅਦ ਸਲਾਡ ਜਿਹੜਾ ਆਪਾਂ ਨੇ ਸਾਫ ਕਰ ਲੈਣਾ। ਉੱਤੇ ਜਿਹੜਾ ਆਪਾਂ ਨੇ ਬਾਜ ਫੇਰ ਕੇ ਉਤਲੇ ਪੇਚ ਜਿਹੜਾ ਉਤਲਾ ਪੇਚ ਹੋਊਗਾ ਆਪਣਾ ਛੇ ਪੰਜਵੇਂ ਲੜ ਦੇ ਵਿੱਚ ਜਿਹੜੇ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਕੱਢ ਦੇਣੇ ਹਨ।
ਚੰਗੀ ਤਰ੍ਹਾਂ ਜਿਹੜੀ ਹੁਣ ਆਪਣੀ ਪੱਗ ਦੀ ਸੈਟਿੰਗ ਉਹ ਆਪਾਂ ਨੇ ਚੰਗੀ ਤਰ੍ਹਾਂ ਜਿਹੜੀ ਸਾਰੀ ਕਰ ਲੈਣੀ। ਪੂਣੀ ਨੂੰ ਸਲੜ ਦੀ ਖੋਲ੍ਹ ਕੇ ਉਤਲੇ ਪੱਲੇ ਨੂੰ ਥੱਲੇ ਨੂੰ ਫੋਲਡ ਕਰਕੇ ਅਤੇ ਜਿਹੜਾ ਥੜਲਾ ਪੱਲਾ ਉਹ ਉਸਨੂੰ ਉੱਤੇ ਨੂੰ ਫੋਲਡ ਕਰਕੇ ਸਲੜ ਨੂੰ ਜਿਹੜਾ ਹਿੱਸਾ ਖਿੱਚ ਕੇ ਹਲਕਾ ਜਿਹਾ ਅੱਖ ਦੇ ਕੋਲੋਂ ਅਤੇ ਗਰ ਹਲਕਾ ਜਿਹਾ ਉੱਤੇ ਚੱਕ ਦੇਣਾ। ਉੱਤੇ ਚੱਕਣ ਤੋਂ ਬਾਅਦ ਇਸ ਸਲੜ ਨੂੰ ਜਿਹੜਾ ਆਪਣੇ ਚੰਗੀ ਤਰ੍ਹਾਂ ਸਾਫ਼ ਕਰਕੇ ਚੰਗੀ ਤਰ੍ਹਾਂ ਇਸ ਸਲੜ ਨੂੰ ਜਿਹੜਾ ਆਪਣੇ ਸਾਫ਼ ਆ ਆਪਾਂ ਨੇ ਕਰ ਲੈਣਾ। ਬੈਕ ਤੱਕ ਆਪਾਂ ਨੇ ਸਾਰੇ ਰਾੜ ਦੇ ਵਿੱਚ ਜਿਹੜੇ ਬਲ ਹੋਣਗੇ ਉਹ ਜਿਹੜੇ ਆਪਾਂ ਨੇ ਕੱਢ ਦੇਣੇ ਹਨ। ਚੰਗੀ ਤਰ੍ਹਾਂ ਜਿਹੜੀ ਆਪਣੀ ਨੋਕ ਉਹ ਵੀ ਜਿਹੜੀ ਆਪਾਂ ਨੇ ਸੈੱਟ ਆ ਕਰ ਲੈਣੀ। ਜਿਹੜੇ ਵੀਰਾਂ ਨੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਨਾ। ਝਾੜ ਨੂੰ ਜਿਹੜਾ ਆਪਣੇ ਸਾਫ਼ ਕਰਕੇ ਚੰਗੀ ਤਰ੍ਹਾਂ ਜਿਹੜਾ ਲਵਾਉਣਾ। ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਇਹਦੇ ਵਿੱਚ ਜਿਹੜਾ ਸਾਫ਼ ਕਰਕੇ ਜਿਹੜਾ ਕਿ ਆਪਾਂ ਨੇ ਸਲੜ ਨੂੰ ਲਗਾ ਦੇਣਾ। ਹਲਕਾ ਜਿਹੜਾ ਸਲੜ ਨੂੰ ਆਪਾਂ ਨੇ ਹਲਕੇ ਜਿਹੜੇ ਸਲੜ ਨੂੰ ਆਪਾਂ ਨੇ ਬਟੇ ਦੇ ਕੇ ਸਲੜ ਨੂੰ ਜਿਹੜਾ ਆਪਾਂ ਨੇ ਜਿਹੜਾ ਜਿੱਥੇ ਜਿਹੜਾ ਆਪਾਂ ਨੇ ਲਗਾ ਦੇਣਾ ਸਲੜ ਦੇ ਉੱਤੇ ਜਿਹੜਾ ਆਪਾਂ ਨੇ ਪੱਗ ਪੈ ਲਗਾ ਦੇਣਾ। ਆਪਾਂ ਚੰਗੀ ਤਰ੍ਹਾਂ ਜਿਹੜਾ ਪੱਗ ਪੈ ਲਗਾਉਣ ਤੋਂ ਬਾਅਦ ਆਪਣਾ ਜਿਹੜਾ ਸਲੜ ਨੂੰ ਹਲਕਾ ਜਿਹੜਾ ਆਪਣੇ ਦੱਬ ਦੇਣਾ। ਜਿਹੜੇ ਆਪਣੇ ਉੱਤੇ ਲੜ ਦੇ ਵਿੱਚ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਕੱਢ ਦੇਣੇ ਹਨ। ਚੰਗੀ ਤਰ੍ਹਾਂ ਜਿਹੜੀ ਹੁਣ ਸ਼ੇਪ ਉਹ ਜਿਹੜੀ ਆਪਾਂ ਨੇ ਸੈੱਟ ਆਊਟ ਕਰ ਲੈਣੀ। ਦੋਨਾਂ ਸਾਈਡਾਂ ਤੋਂ ਜਿਹੜੀ ਅੱਖ ਕੋਲੋਂ ਉਹ ਵੀ ਜਿਹੜੇ ਆਪਾਂ ਨੇ ਸੈੱਟ ਆਪ ਲੜਨੇ ਜਿਹੜੇ ਉਹ ਵੀ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਲੈਣੇ ਜਿਹੜੇ ਕਰ ਲੈਣੇ ਹਨ। ਜਿਹੜੀ 50 ਉਹ ਵੀ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਜਿਹੜੀ ਕਰ ਲੈਣੀ। ਜਿਹੜਾ ਕਿ ਆਪਾਂ ਨੇ ਸਿਰ ਢੱਕਣਾ ਆਪਾਂ ਜਿਹੜਾ ਸਿਰ ਦੇ ਹੈਂਟਰ 'ਚੋਂ ਪਹਿਲਾਂ ਲੜ ਲਗਾਇਆ ਉਸ ਦੇ ਨਾਲ ਜਿਹੜਾ ਆਪਾਂ ਨੇ ਸਿਰ ਉਹ ਢੱਕਣਾ। ਹੁਣ ਜਿਹੜਾ ਆਪਾਂ ਨੇ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਦੀ ਜਿਹੜੀ ਸਫਾਈ ਆ ਉਹ ਆਪਾਂ ਨੇ ਕਰ ਲੈਣੀ। ਅਤੇ ਜਿਹੜਾ ਕਿ ਸਿਰ ਢੱਕਣਾ ਜਿਹੜਾ ਸਿਰ ਦੇ ਹੈਂਟਰ 'ਚੋਂ ਪਹਿਲਾਂ ਲੜ ਲਗਾਇਆ ਉਸ ਲੜ ਨੂੰ ਖਿੱਚ ਕੇ ਆਪਾਂ ਨੇ ਜਿਹੜਾ ਪੂਰੇ ਸਿਰ ਦੇ ਉੱਤੇ ਫੈਲਾ ਕੇ ਜਿਹੜੇ ਲੜ ਹੋਣਗੇ ਉਹਨਾਂ ਥੱਲੇ ਦੇ ਕੇ ਪਿਛਲੇ ਲੜ ਨੂੰ ਖਿੱਚ ਕੇ ਪਿਛਲੇ ਲੜ ਨੂੰ ਦੋਨਾਂ ਸਾਈਡਾਂ ਦਾ ਫੋਲਡ ਕਰਕੇ ਬੈਗ 'ਤੇ ਦੱਬ ਦੇਣਾ। ਵੀਡੀਓ ਦੇਖਣ 'ਚ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।